ਹੈਲੋ ਐਵਰੀਵਨ, ਕੀ ਹਾਲ ਚਾਲ ਮਿੱਤਰੋ। ਤੇ ਜਿਵੇਂ ਕਿ ਆਪਾਂ ਪ੍ਰੋਡਕਟ ਮੰਗਾਇਆ ਸੀ ਤੇ ਆਪਾਂ ਲੈਣ ਪਹੁੰਚ ਚੁੱਕੇ ਹਾਂ, ਤਿਆਰ ਕਰਕੇ ਰੱਖ ਰੱਖਿਆ। ਐਪ ਵੀ ਕਰਨੇ ਪੈਣੇ। ਪ੍ਰੋਡਕਟ ਆਪਾਂ ਨੂੰ ਮਿਲ ਚੁੱਕਿਆ, ਹੁਣ ਆਪਾਂ ਕਰਾਂਗੇ ਇਹਦੀ ਗ੍ਰੈਂਡ ਓਪਨਿੰਗ। ਘਰੇ ਜਾ ਕੇ ਰੂਮ 'ਚ ਜਾ ਕੇ ਕਰ ਲੈਂਦੇ ਹਾਂ ਜਾਂ ਘਰ ਜਾ ਕੇ ਦੇਖਦੇ ਹਾਂ। ਹੁਣ ਤਾਂ ਕਿਰਾਂ ਮਾਰੀਏ ਚਾਬੀ। ਚਲੋ ਲਓ ਵੀ, ਇੰਤਜ਼ਾਰ ਦੀਆਂ ਘੜੀਆਂ ਹੋਈਆਂ ਸਮਾਪਤ। ਅਤੇ ਆਪਾਂ ਪ੍ਰੋਡਕਟ ਮੰਗਾਇਆ ਸੀ ਅਤੇ ਹੁਣ ਉਹਦੀ ਓਪਨਿੰਗ ਕਰਨ ਲੱਗੇ। ਦੇਖੋ ਪੈਕ ਆ ਜਾਵਾਂ ਬੰਦ ਹੈ ਕੰਮ। ਅਤੇ ਦੇਸੀ ਕੱਟਾ ਲੈਣੇ ਆਪਾਂ। हेलो हेलो गाइस, कैसे हो? चैनल को सब्सक्राइब और वीडियो को लाइक जरूर कर दो। आ लो जी आ प्रोडक्ट अपना। ते एडी खोपड़ी खोल दी भैया। आई थिंक सो। किमें लगी भैया है? पेज कुछ तो नहीं लग गया यार, पेज कुछ तो नहीं लग गया कुछ भी। ऐसे खोलती है ये खोपड़ी। ये ब्रो ब्रो ब्रो, प्लास्टिक नहीं होती है। ओके ओके, आई थिंक ओ एमी है। क्यों नहीं खाता? खाऊगा मार्क कर लिया। हम इन वे इना इना वढ़ लेना, खराब भी हो सकता हाले सानू पता नहीं गा पूरा। हाँ पर थानू सही इनफॉर्मेशन देव कि वढ़ना कि इना इना वढ़ना। हौली हौली वढ़ी मित्रा, टुट भी सकता है ਲੱਗਦਾ ਮੈਨੂੰ। ਟੁੱਟ ਵੀ ਲਓ ਵੀ ਮਿੱਤਰੋ, ਸੈਂਸਰ ਗਿਆ ਅਲੱਗ ਆਪਣਾ ਤੇ ਖੋਪੜੀ ਵੀ ਕਨੈਕਸ਼ਨ ਕਰਨ ਵਾਲਾ ਰਹਿੰਦਾ ਹਾਲੇ ਵਿਚਾਲੇ ਪਈ ਆ ਤਾਰ ਹਾਲੇ। ਅਸੀਂ ਉਸ ਕੰਮ ਤੋਂ ਅੱਕ ਗਏ ਸੀ, ਹੁਣ ਮਿਸਤਰੀ ਸਾਹਿਬ ਸਾਨੂੰ ਰਾਈਡ 'ਤੇ ਲੈ ਗਏ ਆ। ਹੁਣ ਅਸੀਂ ਰਾਈਡ 'ਤੇ ਆ ਕੇ ਫਿਰ ਜਾ ਕੇ ਕੰਮ ਦੇਖਾਂਗੇ ਵੀ ਕੀ ਕਰਨਾ ਕੀ ਨਹੀਂ।
ਹਾਲ ਚਾਲ ਤੇ ਦਿਨ ਆਪਣਾ ਦੂਜਾ ਚੜ੍ਹ ਚੁੱਕਿਆ ਤੇ ਥੋੜੀ ਜਿਹੀ ਗੜਬੜ ਹੋ ਗਈ ਆ ਗੜਬੜ ਵੀ ਦਿਖਾਵਾਂਗੇ ਤੇ ਪਹਿਲਾਂ ਆਪਣਾ ਭੂਤ ਦੇਖ ਲਓ ਆਪਣਾ ਕਿਵੇਂ ਲਾਇਆ ਹੋਇਆ ਗਾ ਕੈਮਰਾ ਘੁਮਾ ਕੇ ਦਿਖਾ ਦਿੰਦੇ ਹਾਂ ਇਹ ਗੜਬੜ ਵੀ ਇਹ ਹੋ ਗਈ ਆ ਵੀ ਇਹ ਹੁਣ ਜਮ੍ਹਾਂ ਸਿੱਧਾ ਮੂੰਹ ਕਰਕੇ ਲਾਤਾ ਹੁਣ ਜਿਹੜਾ ਮਤਲਬ ਧੂੰਆਂ ਗਾ ਸਾਈਡ ਇਫੈਕਟ ਵੀ ਹੁੰਦੇ ਇਹਦੇ ਕੋਈ ਮੋਡੀਫਿਕੇਸ਼ਨ ਕਰਾਉਂਦੇ ਹਾਂ ਤਾਂ ਉਹ ਸਾਈਡ ਇਫੈਕਟ ਹੈਗਾ ਵੀ ਸਿੱਧਾ ਕਰਕੇ ਨਾ ਲਾਇਓ ਸਲੈਂਸਰ ਥੋੜ੍ਹਾ ਜਿਹਾ ਮਤਲਬ ਟੇਢਾ ਕਰਕੇ ਲਾਇਓ ਕਿਉਂਕਿ ਬਾਅਦ 'ਚ ਸਾਰਾ ਧੂੰਆਂ ਤਾਂ ਸਾਰਾ ਮਤਲਬ ਮੂੰਹ 'ਤੇ ਪੈਂਦਾ ਗਾ ਸੋ ਇਹ ਕਰਵਾਉਣਾ ਗਾ ਆਹ ਅਸੀਂ ਪੱਕਾ ਹੀ ਕੰਮ ਕਰਵਾ ਤਾ ਸੀ ਹੁਣ ਇੱਥੋਂ ਪੱਟ ਕੇ ਥੱਲੋਂ ਸਾਰਾ ਉਹ ਤੋਂ ਬਾਅਦ ਦੁਬਾਰੇ ਘੁਮਾ ਕੇ ਫਿਰ ਵੈਲਡ ਕਰਾਂਗੇ ਇਹਨੂੰ ਅਤੇ ਸਾਹ ਚੜਿਆ ਪਿਆ ਮੁੜ ਕਰੀ ਜਾਂਦਾ ਗਾ ਔਖਾ ਹੀ ਹੈ ਕੰਮ ਬਾਕੀ ਠੀਕ ਆ ਬਾਕੀ ਥੋੜ੍ਹੀ ਜਿਹੀ ਤਾਰ ਵਾਲਾ ਜਗਾੜ ਕਰਨ ਵਾਲਾ ਰਹਿ ਗਿਆ ਇੱਧਰ ਪੰਪ ਦੇ ਵਿੱਚੋਂ ਲੈ ਕੇ ਆਵਾਂਗੇ ਉਹ ਦਿਖਾਵਾਂਗੇ ਤੁਹਾਨੂੰ ਜਦੋਂ ਪੂਰਾ ਤਿਆਰ ਹੋਵੇ ਉਹਦੇ ਬਾਅਦ ਦਿਖਾਵਾਂਗੇ ਖੋਪੜੀ ਦੇ ਵਿੱਚ ਵੀ ਪੇਚ ਲਵਾਵਾਂਗੇ ਕਿਉਂਕਿ ਖੋਪੜੀ ਡਿੱਗ ਜੂਗੀ ਬਾਅਦ 'ਚ ਆਪਣਾ ਯੂਟਿਊਬ ਚੈਨਲ ਯੋ ਬੜੀ ਸਤਿ ਸ਼੍ਰੀ ਅਕਾਲ ਦੁਬਾਰੇ ਮਿੱਤਰੋ ਅਤੇ ਆਪਣਾ ਸਲੈਂਸਰ ਅਤੇ ਆਪਣਾ ਸਕਲ ਲੱਗ ਕੇ ਜਮ੍ਹਾਂ ਤਿਆਰ ਹੋਏ ਪਏ ਨੇ ਹੁਣ ਤੁਹਾਨੂੰ ਸਾਰੀ ਡਿਟੇਲ ਦਿੰਦੇ ਹਾਂ ਟਾਪੇ ਵਗੈਰਾ ਖੋਲ੍ਹ ਕੇ ਸਾਰਾ ਕੀ ਕੁਛ ਮਤਲਬ ਕਿਵੇਂ ਇਹ ਬਣਿਆ ਗਾ ਸੋ ਇਹਦਾ ਕਨੈਕਸ਼ਨ ਆਪਾਂ ਕਿੱਥੇ ਦਿੱਤਾ ਵਾ ਉਹ ਵੀ ਦਿਖਾਉਂਦੇ ਹਾਂ ਤੁਹਾਨੂੰ ਖੋਲ੍ਹੀ ਬੋਰਨਟ ਖੋਲ੍ਹੀ ਲਾ ਦੀ ਹੁਣ ਅਸੀਂ ਬੋਰਨਟ ਖੋਲ੍ਹ ਲਈਏ ਜਮ੍ਹਾਂ ਮਤਲਬ ਇੱਕ ਜੈਨੀਅਨ ਜਿਹਾ ਕੰਮ ਜੈਨੀਅਨ ਤਾਂ ਕਹਿ ਨਹੀਂ ਸਕਦੇ ਪਤਾ ਨਹੀਂ ਇੱਥੋਂ ਆਪਣੀ ਆਹ ਵਾਇਰ ਆਈ ਆ ਪਹਿਲਾਂ ਤਾਂ ਇਹ ਕਲੱਚ ਦੀ ਉਹਦੀ ਆਈ ਆ ਠੀਕ ਆ ਉੱਤੇ ਵਾਲਾ ਤੁਹਾਨੂੰ ਬਾਅਦ 'ਚ ਦਿਖਾਉਣੇ ਪਹਿਲਾਂ ਥੱਲੇ ਵਾਲੀ ਫਿਟਿੰਗ ਦੇਖ ਲਓ ਇੱਥੇ ਕਲੰਪ ਲਾਇਆ ਵੀ ਆ ਆਹ ਤਾਰ ਮਤਲਬ ਥੋੜ੍ਹੀ ਬਹੁਤੀ ਮੱਚੂਗੀ ਇੱਥੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਰ ਇੱਕ ਇੱਥੇ ਕਸੀ ਵੀ ਆ ਇੱਥੇ ਆਹ ਵਿਚਾਲੇ ਅਸੀਂ ਜਿਗਾੜ ਲਾਇਆ ਤਾਰ ਛੋਟੀ ਸੀਗੀ ਜੇ ਛੋਟੀ ਹੋਵੇ ਤਾਰ ਤਾਂ ਮਤਲਬ ਆਉਂਦੀ ਆ ਚਿੜੀ ਜੀ ਇਹਦੇ 'ਚ ਤਾਰਾਂ ਇੱਧਰੋਂ ਹੀ ਪਾਤੀ ਆ ਇੱਧਰੋਂ ਪਾਤੀ ਆ ਫਿਰ ਇੱਥੇ ਲੋਕ ਲਾਇਆ ਵੀ ਆ ਇੱਥੇ ਲੋਕ ਲਾਉਣਾ ਜ਼ਰੂਰੀ ਆ ਹਾਂ ਕਿਉਂਕਿ ਜੇ ਇੱਥੇ ਲੋਕ ਨਾ ਲੱਗਿਆ ਤਾਂ ਤਾਰ ਖਿੱਚੀ ਨਹੀਂ ਜਾਣੀ ਗੀ ਠੀਕ ਆ ਹੁਣ ਇੱਧਰੋਂ ਲੈ ਕੇ ਇੰਜਣ ਦੇ ਪਰਲੇ ਪਾਸੇ ਕੱਢੀ ਆ ਅਸੀਂ ਅਤੇ ਪਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਕੱਢੀ ਪਰਲੇ ਪਾਸੇ ਇੱਥੋਂ ਲਿਆ ਕੇ ਆਹ ਸਕੂਟੀ ਵਾਲੀ ਮਤਲਬ ਲੱਗੀ ਵੀ ਆ ਰੇਸ ਵਾਲੀ ਤਾਰ ਇਹ ਠੀਕ ਆ ਆਹ ਜਿਹੜੀ ਵਿਚਾਲੇ ਜੋੜ ਲਾਏ ਵੀ ਇਹ ਰੇਸ ਵਾਲੀ ਤਾਰ ਆ ਇੱਥੇ ਅਸੀਂ ਨੱਟ ਇੱਥੇ ਮੋਰੇ ਪਹਿਲਾਂ ਹੀ ਦਿੱਤੇ ਹੋਏ ਆ ਠੀਕ ਆ ਇੱਥੇ ਅਸੀਂ ਨੱਟ ਕੱਸਤੇ ਅਤੇ ਪੱਤੀ ਲਾਤੀ ਅਤੇ ਆਹ ਪੈਪ ਜਿਹੜੀ ਮਤਲਬ ਆਹ ਪੈਪ ਜੀ ਹੈਗੀ ਆ ਰੇਸ ਵਾਲੀ ਉਹਦੇ ਵਿੱਚ ਪੱਤੀ ਦੇ ਵਿੱਚ ਕੱਸਤੀ ਆ ਹੁਣ ਇੱਥੋਂ ਇਹ ਹਲਦੀ ਨਹੀਂ ਗੀ ਹੱਲ ਵੀ ਗਈ ਹੱਲ ਗਈ ਹੱਲ ਸਕਦੀ ਇਹ ਧਿਆਨ ਰੱਖਿਓ ਠੀਕ ਆ ਅਤੇ ਉਹ ਤੋਂ ਬਾਅਦ ਇੱਥੇ ਅਸੀਂ ਆ ਜਿਹੜਾ ਪੰਪ ਵਾਲਾ ਹੁੰਦਾ ਰੇਸ ਵਾਲਾ ਨਾ ਠੀਕ ਆ ਉਹਦੇ ਨਾਲ ਕਨੈਕਟ ਕਰਤੀ ਆ ਵੀ ਮੱਖੀ ਜੀ ਹੈਗੀ ਉਹ ਬ੍ਰੇਕਾਂ 'ਚ ਆਉਂਦੀ ਹੈ ਸਾਈਕਲ ਦੇ ਜਿਹੜੇ ਬ੍ਰੇਕ ਹੁੰਦੇ ਆ ਰੇਂਜਰ ਸਾਈਕਲਾਂ ਹੁੰਦੀਆਂ ਗੀਆਂ ਉਹਦੇ ਵਿੱਚੋਂ ਠੀਕ ਆ ਅਤੇ ਇੱਥੇ ਅਸੀਂ ਨੱਟ ਕੱਸਤਾ ਲੈ ਹੁਣ ਰੇਸ ਕਰੀ ਓਏ ਫਿਰ ਇੱਥੋਂ ਦਿਖਾ ਦਿੰਦਾ ਇਹ ਤਾਂ ਅੱਗੇ ਚੜ੍ਹ ਕੇ ਪਿੱਛੇ ਕਿਤੇ ਇੱਕ ਆ ਸਾਡੇ ਵਾਲਾ ਸੁਣਨਾ ਦੇਖ ਲਓ ਵੀ ਰੇਸ ਪਰਲੇ ਪਾਸੇ ਆ ਉਹ ਉੱਚਾ ਚੜ੍ਹੀ ਜਾਣਾ ਜਦੋਂ ਹੱਥ ਨਾਲ ਕਰਦੇ ਹਾਂ ਦੇਖੋ ਜਦੋਂ ਇੱਥੋਂ ਖਿੱਚਦੀ ਆ ਆ ਤਾਰ ਨੂੰ ਖਿੱਚਦਾ ਮੁੜ ਕੇ ਉੱਤੇ ਸਪਰਿੰਗ ਲਾਏ ਵੇ ਉਹ ਵੀ ਤੁਹਾਨੂੰ ਪੂਰੀ ਡਿਟੇਲ ਦਿੰਦੇ ਹਾਂ ਠੀਕ ਆ ਹੱਥ ਵਾਲੀ ਵੀ ਕੰਮ ਕਰੂਗੀ ਸਾਰਾ ਇੱਥੇ ਕੰਮ ਕਰੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਠੀਕ ਆ ਹੁਣ ਮੈਂ ਤੁਹਾਨੂੰ ਉੱਤੇ ਜਾ ਕੇ ਸਾਰਾ ਸਕੈਲ ਦਾ ਸਿਸਟਮ ਦਿਖਾਉਣਾ ਵਾ ਇਹਦੇ 'ਚ ਦੇਖੋ ਇੱਥੇ ਜਿਹੜੇ ਸਪਰਿੰਗ ਹੁੰਦੇ ਆ ਤੁਸੀਂ ਦੇਖੇ ਹੋਣੇ ਵੀਡੀਓ ਦੇ ਵਿੱਚ ਹੈ ਨਾ ਇਹ ਸਪਰਿੰਗ ਅਸੀਂ ਚੇਂਜ ਕਰਤੇ ਆ ਕਿਉਂਕਿ ਉਹਦੀ ਮਤਲਬ ਤੜਨੀ ਸੀਗੀ ਠੀਕ ਆ ਅਤੇ ਇੱਥੇ ਅਸੀਂ ਪਹਿਲਾਂ ਇੱਥੇ ਪੇਚ ਕਜੇ ਕਸੇ ਵੀ ਸੀਗੇ ਇੱਥੇ ਇੱਥੇ ਆਹ ਟੁੱਟ ਸਕਦਾ ਗਾ ਮਤਲਬ ਟੁੱਟ ਵੀ ਗਿਆ ਸੀ ਅਸੀਂ ਫੈਵਿਕਿਕ ਨਾਲ ਜੇ ਪਿਆ ਇੱਧਰਲਾ ਠੀਕ ਆ ਸੋ ਇੱਥੇ ਮਤਲਬ ਥੋੜ੍ਹਾ ਜਿਹਾ ਨੀਵਾਂ ਕਰਕੇ ਪੇਚ ਵੱਡੇ ਪੇਚ ਲਾ ਦਿਓ ਅਤੇ ਆਹ ਸਪਰਿੰਗ ਚੇਂਜ ਜ਼ਰੂਰ ਕਰ ਦਿਓ ਤਾਂ ਜੋ ਹੋ ਜੇ ਸਿਸਟਮ ਜਾਂ ਸੈੱਟ ਠੀਕ ਆ ਇਹ ਆ ਉਤਲੇ ਪਾਸੇ ਅਸੀਂ ਇੱਥੇ ਮਤਲਬ ਆਹ ਖੋਲ੍ਹ ਕੇ ਜੇ ਹਾਂ ਖੁੱਲ੍ਹ ਗਿਆ ਆਹ ਮੇਲਾ ਤਾਂ ਖੁੱਲ੍ਹਣਗੇ ਨੱਟ ਨੁੱਟ ਫੜੀ ਅਤੇ ਮੇਰੀ ਫੜੀ ਅੰਦਰ ਤੁਹਾਨੂੰ ਜਗਾੜ ਦਿਖਾ ਦਿੰਦੇ ਹਾਂ ਇਸ ਲੋਟ ਪੱਤੀ ਲਾ ਕੇ ਅਸੀਂ ਪਿੱਛੋਂ ਕੱਟ ਫਿੱਟ ਵਾਲੀ ਤਾਂ ਤੁਸੀਂ ਦੇਖ ਹੀ ਲਈ ਆ ਵੀਡੀਓ ਸਾਰੀ ਅਤੇ ਇੱਥੇ ਅਸੀਂ ਵੱਡਾ ਨੱਟ ਲਾ ਤਾ ਵੀ ਜਿਹੜੀ ਉਤਲੀ ਖੋਪੜ ਹੈਗੀ ਆ ਉਹ ਮਤਲਬ ਬਹਿ ਜੇ ਮਤਲਬ ਚਮਕ ਹੁੰਦੀ ਆ ਵੈਸੇ ਤਾਂ ਇਹਦੇ ਵਿੱਚ ਪਰ ਉਹ ਜਦੋਂ ਟਰੈਕਟਰ ਉਖਲੀ 'ਚ ਵੱਜਦਾ ਉਹ 'ਚ ਵੱਜਦਾ ਉਦੋਂ ਮਤਲਬ ਕੰਮ ਨਹੀਂ ਕਰਦੀ ਗੀ ਸੋ ਉਹਦੇ ਕਰਕੇ ਅਸੀਂ ਆਹ ਲੰਮਾ ਨੱਟ ਵੈਲਡ ਕਰਕੇ ਵਿੱਚ ਪੱਤੀ ਲਾ ਕੇ ਅਤੇ ਉੱਤੇ ਨੱਟ ਵੈਲਡ ਕਰਿਆ ਵੀ ਆ ਠੀਕ ਹੈ ਜੀ ਆਹ ਸਿਸਟਮ ਹੈ ਜੀ ਆਹ ਮਾਹੌਲ ਆ ਸਾਰਾ ਬਸ ਇੱਥੇ ਕਲੰਪ ਲੱਗਿਆ ਵੀ ਆ ਇੱਥੇ ਮੋਰਾ ਕੱਢ ਕੇ ਆਪਾਂ ਰੇਸ ਵਾਲਾ ਲਾਇਆ ਵੀ ਆ ਅਤੇ
ਪਹਿਲਾ ਆਪਣਾ ਅੱਜ ਕਰਿਆ ਗਿਆ, ਦੂਜਾ ਟਰੈਕਟਰ ਵੀ ਇੱਥੇ ਕੱਸ ਲੈਣ ਦੇ ਮੈਨੂੰ ਟੋਰ ਨਾਲ। ਇਹ ਮੈਨੂੰ ਲੱਗਦਾ ਖੁੱਲੂਗਾ ਵੀਰ ਜੀ, ਪੈਣਾ ਨਹੀਂ ਗਾ ਇਹ। ਹਾਂ ਬਸ ਠੀਕ ਆ, ਮਹਿੰਗੀ ਹੋ ਗਈ ਥੋੜ੍ਹੀ ਜਿਹੀ, ਹਿਸਾਬ ਨਾਲ ਕੱਸਿਓ ਠੀਕ ਆ। ਬਸ ਇੰਨਾ ਕੁਛ ਹੈਗਾ, ਆਹੀ ਕੁਛ ਆ।